सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਵੱਡੀ ਖਬਰ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਇੱਕ ਅਕਾਲੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰੀ ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ ਜਦੋਂ ਇੱਥੋਂ ਦੀ ਠੰਡੀ ਸੜਕ ਤੇ ਅਕਾਲੀ ਲੀਡਰ ਸੁਖਪ੍ਰੀਤ ਸਿੰਘ ਸੰਧੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਗੋਲੀ ਸੁਖਪ੍ਰੀਤ ਦੇ ਸਿਰ ਦੇ ਵਿੱਚ ਲੱਗੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਅਕਾਲੀ ਲੀਡਰ ਬਠਿੰਡਾ ਦੇ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ। ਸੂਤਰਾਂ ਦੇ ਮੁਤਾਬਕ ਚੋਣਾਂ ਨੂੰ ਲੈ ਕੇ ਉਸਦੀ ਕੋਈ ਪੁਰਾਣੀ ਰੰਜਿਸ਼ ਵੀ ਚੱਲ ਰਹੀ ਸੀ, ਲੇਕਿਨ ਇਸ ਘਟਨਾ ਨੂੰ ਅੰਜਾਮ ਕਿਸਨੇ ਦਿੱਤਾ ਤੇ ਕਤਲ ਕਰਨ ਵਾਲੇ ਦੀ ਮੰਸ਼ਾ ਕੀ ਸੀ ਇਹ ਹਜੇ ਤੱਕ ਸਾਫ਼ ਨਹੀਂ ਹੋ ਸਕਿਆ। ਫਿਲਹਾਲ ਪਰਿਵਾਰ ਦੇ ਵੱਲੋਂ ਇਸ ਮਾਮਲੇ 'ਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਫਿਰੋਜ਼ਪੁਰ ਦਾ DC ਦਫ਼ਤਰ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ ਜਿੱਥੇ ਥੋੜਾ ਜਿਹਾ ਮੀਂਹ ਪੈਣ ਨਾਲ ਪਾਣੀ ਹੀ ਪਾਣੀ ਹੋ ਜਾਂਦਾ ਹੈ ਤੇ ਇੱਥੇ ਕੰਮ ਕਰਾਉਣ ਆਏ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਸਰਕਾਰ ਵੀ ਵਿਕਾਸ ਕਾਰਜ ਕਰਾਉਣ 'ਚ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੀ ਹੈ ਤੇ ਹੁਣ ਤਾਂ ਇੰਝ ਲੱਗਦਾ ਹੈ ਜਿਵੇਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਹੋਏ ਵਿਕਾਸ ਕਾਰਜ ਸਿਰਫ ਫਾਈਲਾਂ ਦਾ ਸ਼ਿੰਗਾਰ ਹੀ ਬਣ ਕੇ ਰਹਿ ਗਏ ਹੋਣ। ਸਾਹਮਣੇ ਵੇਖੋ DC ਕੰਪਲੈਕਸ ਦਾ ਕੀ ਹਾਲ ਆ। ਫਿਰੋਜ਼ਪੁਰ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ, ਥੋੜ੍ਹਾ ਜਿਹਾ ਮੀਂਹ ਪਿਆ ਆ, ਔਰ ਇਹ ਇੱਕ ਗੱਲਾਂ ਕਰਦੇ ਆ ਵੀ ਅਸੀਂ ਇਹਦੀ ਡਿਵੈਲਪਮੈਂਟ ਕਰਤੀ, ਆਹ ਕਰਤਾ, ਉਹ ਕਰਤਾ। ਬੁਰੀ ਤਰ੍ਹਾਂ ਸਰਕਾਰ ਫੇਲ ਆ। ਕੋਈ ਸਫਾਈ ਨਹੀਂ, ਕੁਛ ਨਹੀਂ, ਇੰਨਾ ਪਾਣੀ ਲੁਕਿਆ, ਨਾਲਾ ਬੰਦ ਆ ਆਪਣਾ ਗੇਟ ਵਾਲਾ, ਇਸ ਕਰਕੇ ਗੇਟ ਤੱਕ ਤੋੜ ਹੀ ਖੜਾ DC ਆਫਿਸ ਕਰੋ, ਉਹ ਗੇਟ ਵੱਟੇ ਤੇ ਕਰੀ ਕੀ ਸਫਾਈ ਹੋਣੀ ਚਾਹੀਦੀ, ਇਹਦੀ ਪਬਲਿਕ ਤੇ ਹੀ ਮੰਗ ਕਰਦੀ। ਜ਼ਿਲ੍ਹਾ ਸੰਗਰੂਰ 'ਚ ਹੋਏ ਵਿਕਾਸ ਕਾਰਜਾਂ ਦੇ 110 ਕਰੋੜ ਰੁਪਏ ਦੇ ਹਿਸਾਬ ਨੂੰ ਲੈ ਕੇ BJP ਵਰਕਰਾਂ ਦਾ ਮੋਰਚਾ ਖੋਲ ਦਿੱਤਾ ਗਿਆ ਹੈ। ਵਰਕਰਾਂ ਨੇ ਜ਼ਿਲ੍ਹਾ ਸ਼ਿਕਾਇਤ ਅਧਿਕਾਰੀ ਨੂੰ ਇੱਕ ਸ਼ਿਕਾਇਤ ਸੌਂਪੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ BJP ਵਰਕਰਾਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵਿਕਾਸ ਲਈ ਅਕਾਲੀ ਸਰਕਾਰ ਸਮੇਂ 110 ਕਰੋੜ ਰੁਪਏ ਪਾਸ ਕੀਤੇ ਗਏ ਸਨ, ਜਿਸ ਨੂੰ ਗਲੀਆਂ, ਨਾਲੀਆਂ, ਲਾਈਟਾਂ ਤੇ ਸੀਵਰੇਜ ਦੇ ਕੰਮਾਂ ਤੇ ਇਨ੍ਹਾਂ ਪੈਸਿਆਂ ਨੂੰ ਖਰਚ ਕਰਨਾ ਸੀ। ਪਰੰਤੂ ਅੱਜ ਵੀ ਸ਼ਹਿਰ 'ਚ ਥਾਂ ਥਾਂ ਸੀਵਰੇਜ ਓਵਰਫਲੋ ਹੋਣ ਕਾਰਨ ਪਾਣੀ ਖੜਾ ਹੈ, ਜਿਸ ਕਾਰਨ ਸ਼ਹਿਰ ਵਾਸੀ ਪਰੇਸ਼ਾਨ ਨੇ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਪੈਸਾ ਲਗਾਉਣ ਦੀ ਬਜਾਏ ਇੱਕ ਨਿੱਜੀ ਕੰਪਨੀ ਨਾਲ ਮਿਲ ਕੇ ਪੈਸੇ ਨੂੰ ਖੁਰਦ ਬੁਰਦ ਕਰਨ ਦਾ ਇਲਜ਼ਾਮ ਲਗਾਉਂਦਿਆਂ ਇਸ ਮਾਮਲੇ ਤੇ ਜਾਂਚ ਦੀ ਵੀ ਮੰਗ ਕੀਤੀ ਹੈ। ਸੀਵਰੇਜ ਬੋਰਡ ਕਹਿ ਰਹੇ ਹੈ ਕਿ ਇਹ ਪੈਸਾ ਲਗਭਗ ਪੂਰਾ ਹੋ ਗਿਆ, ਕਿਲੋਮੀਟਰ ਪੂਰੇ ਹੋ ਗਏ। ਮੈਂ ਹੈਰਾਨ ਹਾਂ ਕਿ ਸੰਗਰੂਰ ਸ਼ਹਿਰ ਦੇ ਵਿੱਚ ਪਿਛਲੇ 2 ਸਾਲਾਂ ਤੋਂ ਸੀਵਰੇਜ ਦੀ ਸਫਾਈ ਨਹੀਂ ਹੋਈ, ਸਾਰਾ ਸ਼ਹਿਰ ਓਵਰਫਲੋ ਹੈ, ਪਾਣੀ ਜਗ੍ਹਾ ਜਗ੍ਹਾ 'ਤੇ ਖੜ੍ਹਾ ਹੈ। ਜਿਹੜੇ ਜਗ੍ਹਾ ਦੇ ਉੱਤੇ ਇਹਨਾਂ ਨੇ ਲੈਂਡਸਕੇਪਿੰਗ ਕਰਨੀ ਸੀ, ਪਾਰਕ ਬਣਾਉਣੇ ਸੀ, ਉਹ ਪਾਰਕ ਨਹੀਂ ਬਣਾਏ ਗਏ। ਸੰਗਰੂਰ ਸ਼ਹਿਰ ਦੇ ਵਿੱਚ ਜਿੱਥੇ ਪੋਲ ਲੱਗਣੇ ਸੀਗੇ, ਲਾਈਟਾਂ ਲੱਗਣੀਆਂ ਸੀ, ਉਹ ਲਾਈਟਾਂ ਨਹੀਂ ਲੱਗੀਆਂ। ਜਿੱਥੇ ਇੰਟਰਲੋਕਿੰਗ ਟਾਈਲਾਂ ਲੱਗਣੀਆਂ ਸੀ, ਇੰਟਰਲੋਕਿੰਗ ਟਾਈਲਾਂ ਨਹੀਂ ਲੱਗੀਆਂ। ਅਤੇ ਅੱਜ ਮੈਂ ਜਿਹੜੀ ਇਹਨਾਂ ਦੀ ਐਗਰੀਮੈਂਟ ਦੀ ਇਹਨਾਂ ਨੇ ਵਾਇਓਲੇਸ਼ਨ ਕੀਤੀ ਹੈ, ਉਸ ਸੰਬੰਧੀ ਅੱਜ ਮੈਂ ਮਿਲਿਆ ਸੀਗਾ। ਇਹ ਅੱਜ ਸਾਡੇ ਇੱਥੇ DC ਆਫਿਸ ਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ, ਸ਼ਾਹਪੁਰ ਜੀ ਪਲੌਨ ਜੀ ਕੰਪਨੀ ਅਤੇ ਸੀਵਰੇਜ ਬੋਰਡ। ਵੱਡੀ ਗੱਲ ਹੈ ਕਿ ਇਹਨਾਂ ਦੀ ਮਿਲੀ ਭੁਗਤ ਹੈ। ਇਹ ਮਿਲ ਕੇ ਅੱਜ ਸੀਵਰੇਜ ਬੋਰਡ ਕਹਿ ਰਿਹਾ ਹੈ ਕਿ ਸੰਗਰੂਰ ਦੇ ਵਿੱਚ ਸਾਰੀ ਸਫਾਈ ਹੋ ਗਈ, ਸੰਗਰੂਰ ਦੇ ਵਿੱਚ ਸਾਰੇ ਕੰਮ ਹੋ ਗਏ, ਅਤੇ ਝੂਠੇ ਜਵਾਬ ਫਾਈਲ ਕਰ ਰਿਹਾ। ਅੱਜ ਅਸੀਂ ਵਿਦ ਫੋਟੋਗ੍ਰਾਫ, ਵਿਦ ਸਬੂਤ, ਵਿਦ ਸੀਵਰੇਜ ਬੋਰਡ ਦੇ ਲੈਟਰ ਅਸੀਂ ਸਾਰੇ ਅੱਜ ਇੱਥੇ ਰੱਖੇ ਨੇ ਐਜ਼ ਏ ਸਬੂਤ ਕਿ ਸੀਵਰੇਜ ਬੋਰਡ ਅਤੇ ਸ਼ਾਹਪੁਰ ਜੀ ਕੰਪਨੀ ਆਪਸ ਦੇ ਵਿੱਚ ਮਿਲੀ ਭੁਗਤ ਹੈ। ਇਹ ਮਿਲੀ ਭੁਗਤ ਕਰਕੇ ਸੰਗਰੂਰ ਸ਼ਹਿਰ ਦਾ ਨੁਕਸਾਨ ਕਰ ਰਹੇ ਨੇ, ਸੰਗਰੂਰ ਸ਼ਹਿਰ 'ਚ ਕੰਮ ਨਹੀਂ ਕਰ ਰਹੇ। ਐਗਰੀਮੈਂਟ ਮੁਤਾਬਕ ਕਈ ਕਈ ਸਾਲਾਂ ਤੋਂ ਸੀਵਰੇਜ ਦਾ ਹਰ ਬਸਤੀ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਸੰਗਰੂਰ ਦੇ ਸ਼ਹਿਰ ਦੇ ਵਿੱਚ ਵੀ ਸਾਰੀਆਂ ਬਸਤੀਆਂ ਦੇ ਵਿੱਚ ਬਹੁਤ ਮਾੜਾ ਹਾਲ ਹੈ। ਉਹਦੇ ਲਈ ਅਸੀਂ ਕਈ ਮਹੀਨਿਆਂ ਤੋਂ ਇਸ ਦੇ ਵਿੱਚ ਲੱਗੇ ਹੋਏ ਹਾਂ ਅਤੇ 110 ਕਰੋੜ ਰੁਪਈਆ ਇਹ ਕਹਿੰਦੇ ਨੇ ਵੀ ਸਾਡੇ ਕੋਲ ਆਇਆ। ਸਰਕਾਰਾਂ ਦਾ ਵੀ ਇਹ ਹੈ ਵੀ 110 ਕਰੋੜ ਰੁਪਈਆ ਲੈ ਕੇ ਆਉਣ ਦਾ ਮਤਲਬ ਨਹੀਂ ਹੁੰਦਾ। 110 ਕਰੋੜ ਰੁਪਈਆ ਸਹੀ ਪ੍ਰੋਪਰ ਤਰੀਕੇ ਨਾਲ ਲੱਗੇ ਤਾਂ ਮਤਲਬ ਕਿ ਉਹ
ਲੋਕਾਂ ਦੀ ਡਿਮਾਂਡ ਹੈ ਵੀ 110 ਕਰੋੜ ਰੁਪਏ ਸਹੀ ਪ੍ਰੋਪਰ ਲੱਗਣਾ ਚਾਹੀਦਾ। ਕਹਿ ਰਹੇ ਵੀ ਮੇਨ ਜਿਹੜੀ ਵੱਡੀਆਂ ਗੱਲਾਂ ਨੇ ਮਸ਼ੀਨਾਂ ਹੀ ਨਹੀਂ ਹੈਗੀਆਂ ਉਹ ਮਸ਼ੀਨ। ਹਾਂ ਬਿਲਕੁਲ, ਇੱਥੇ ਮਸ਼ੀਨਾਂ ਹੀ ਨਹੀਂ ਹੈ, ਜੋ ਐਗਰੀਮੈਂਟ ਮੁਤਾਬਕ ਇਹਨਾਂ ਨੂੰ ਮਸ਼ੀਨਾਂ ਚਾਹੀਦੀ ਸੀ। ਮੇਰਾ ਖਿਆਲ ਆ ਵੀ ਅਸੀਂ ਜਿਵੇਂ ਜਤਿੰਦਰ ਕਾਲੜਾ ਜੀ ਨੇ ਦੱਸਿਆ ਵੀ 10 ਸ਼ਹਿਰਾਂ ਦੇ ਵਿੱਚ ਇਹਨਾਂ ਦਾ ਕੰਟਰੈਕਟ ਹੈ, ਇੱਕ ਇਹਨਾਂ ਕੋਲੇ ਮਸ਼ੀਨਰੀ ਸਿਸਟਮ ਹੈ, ਉਹ ਹਰ ਸ਼ਹਿਰ ਦੇ ਵਿੱਚ ਕਦੇ ਉੱਥੇ ਕਦੇ ਉੱਥੇ ਉਹੀ ਮਿਲ ਕੇ ਮੂਵ ਕਰਦੇ। ਸਟੈਪ ਬਾਏ ਸਟੈਪ ਅਸੀਂ ਹਰ ਪੁਆਇੰਟ ਚੱਕਿਆ ਜੀ ਕੰਪਲੇਂਟ ਦਾ, ਜਿਵੇਂ ਕਿ ਉੱਥੇ ਮਸ਼ੀਨਰੀ ਦਾ ਨਾ ਖੜੇ ਹੋਣਾ, ਡੀਸਲਟਿੰਗ ਪ੍ਰੋਪਰ ਨਾ ਹੋਣਾ, ਜਿਹੜੇ ਇੰਪਲੋਈਜ਼ ਆ ਉਹਨਾਂ ਵੱਲੋਂ ਸੇਫਟੀ ਕਿੱਟਸ ਨਾ ਪਾਇਆ ਜਾਣਾ। ਸੋ ਸਟੈਪ ਬਾਏ ਸਟੈਪ ਅਸੀਂ ਹਰ ਪੁਆਇੰਟ ਨੂੰ ਚੱਕਿਆ ਅਤੇ ਇਹਨਾਂ ਨੂੰ ਹਦਾਇਤ ਕੀਤੀ ਹੈ ਕਿ ਸਮੇਂ ਸਿਰ ਉਹਨੂੰ ਪੂਰਾ ਕੀਤਾ ਜਾਵੇ, ਜੇਕਰ ਨਹੀਂ ਪੂਰਾ ਕੀਤਾ ਜਾਂਦਾ ਤਾਂ ਬਣ ਦੀ ਕਾਰਵਾਈ ਵੀ ਕੀਤੀ ਜਾਵੇਗੀ। ਕੋਰੋਨਾ ਮਹਾਮਾਰੀ ਦੇ ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਨਾਂ ਦਾ ਆਪਰੇਸ਼ਨ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਸਰਕਾਰ ਵੱਲੋਂ 60% ਉਡਾਨਾਂ ਸ਼ੁਰੂ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਕਈ ਉਡਾਨਾਂ ਸ਼ੁਰੂ ਹੋਣ ਦੀ ਉਮੀਦ ਹੈ। ਏਅਰ ਇੰਡੀਆ ਵੱਲੋਂ ਚੰਡੀਗੜ੍ਹ ਕੁੱਲੂ ਉਡਾਨ 7 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਨ ਹਫ਼ਤੇ 'ਚ 4 ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਆਪਰੇਟ ਹੋਏਗੀ। ਏਅਰਪੋਰਟ ਅਧਿਕਾਰੀਆਂ ਅਨੁਸਾਰ 9I-805 ਉਡਾਨ ਕੁੱਲੂ ਲਈ ਸਵੇਰੇ 10 ਵਜੇ ਉਡਾਨ ਭਰੇਗੀ ਅਤੇ 11 ਵਜੇ ਕੁੱਲੂ ਪਹੁੰਚਾਏਗੀ। ਕੁੱਲੂ ਤੋਂ ਫਲਾਈਟ ਨੰਬਰ 9I-8006 ਦੁਪਹਿਰ 11:30 ਉਡਾਨ ਭਰੇਗੀ ਅਤੇ ਚੰਡੀਗੜ੍ਹ ਇਹ ਫਲਾਈਟ 12:30 ਪਹੁੰਚਾਏਗੀ। ਕਿਰਾਇਆ 2300 ਰੁਪਏ ਤੋਂ ਸ਼ੁਰੂ ਹੋਏਗਾ। ਪੰਜਾਬ 'ਚ ਧਰਨੇ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਨੇ। ਮੁੱਦਾ ਕੋਈ ਵੀ ਹੋਵੇ, ਚਾਹੇ ਨਜਾਇਜ਼ ਮਾਈਨਿੰਗ, ਜ਼ਹਿਰੀਲੀ ਸ਼ਰਾਬ ਵਿਕਾਸ ਕਾਰਜ ਤੇ ਚਾਹੇ ਨਜਾਇਜ਼ ਢੰਗ ਨਾਲ ਵਿਕ ਰਹੇ ਨਸ਼ਿਆਂ ਨੂੰ ਲੈ ਕੇ ਅਜਿਹਾ ਹੀ ਵੇਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਦੇ ਵਿੱਚ, ਜਿੱਥੇ ਕੌਮੀ ਅਧਿਆਪਕ ਦਿਵਸ ਮੌਕੇ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਕਾਲੇ ਚੋਲੇ ਪਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 3 ਲੱਖ ਨਵੇਂ ਦਾਖਲੇ ਹੋ ਚੁੱਕੇ ਨੇ, ਪਰੰਤੂ ਸਿੱਖਿਆ ਵਿਭਾਗ ਵੱਲੋਂ ਬੋਰਡ ਕੇਡਰ ਅਧੀਨ ਕੱਢੀਆਂ ਗਈਆਂ 3282 ਅਸਾਮੀਆਂ 'ਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਸੁੱਤੀ ਪਈ ਸਰਕਾਰ ਨੂੰ ਚੁਕਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਅੱਜ ਅਧਿਆਪਕਾਂ ਦਾ ਦਿਨ ਹੈ, ਜਿਨ੍ਹਾਂ ਨੂੰ ਸਰਕਾਰ ਆਖਦੀ ਹੈ, ਜਿਨ੍ਹਾਂ ਨੂੰ ਮਾਣ ਦੇਣ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਪਰੰਤੂ ਇੱਥੋਂ ਦਾ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ, ਅਸੀਂ ਦੇਖਿਆ ਕਿ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਗਾਲਾਂ ਕੱਢਦਾ ਰਿਹਾ, ਇਹਨਾਂ ਬੇਰੁਜ਼ਗਾਰਾਂ ਦੇ, ਇਹਨਾਂ ਅਧਿਆਪਕਾਂ ਦੇ ਨਾਲ, ਜਿਨ੍ਹਾਂ ਅਧਿਆਪਕਾਂ ਤੋਂ ਪੜ੍ਹ ਕੇ ਇੱਥੋਂ ਦਾ ਰਾਸ਼ਟਰਪਤੀ ਤੱਕ ਦਾ, ਇੱਥੋਂ ਦੇ ਉੱਚ ਅਹੁਦਿਆਂ 'ਤੇ ਪਹੁੰਚਣ ਵਾਲੇ ਲੋਕ ਇਹਨਾਂ ਅਧਿਆਪਕਾਂ ਤੋਂ ਪੜ੍ਹ ਕੇ ਜਾਂਦੇ ਆ, ਪਰੰਤੂ ਇਹਨਾਂ ਅਧਿਆਪਕਾਂ ਨੂੰ ਪਸ਼ੂਆਂ ਵਾਂਗ ਇਸੇ ਸ਼ਹਿਰ ਦੇ ਵਿੱਚ ਕੁੱਟਿਆ ਗਿਆ। ਪਿਛਲੇ ਸਮੇਂ ਦੇ ਵਿੱਚ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਲਾਠੀਚਾਰਜ ਕੀਤੇ ਗਏ, ਗਾਲਾਂ ਤੱਕ ਕੱਢੀਆਂ ਗਈਆਂ ਨੇ। ਇਹਨਾਂ ਅਧਿਆਪਕਾਂ ਵਾਸਤੇ ਅਧਿਆਪਕ ਦਿਵਸ ਮਨਾਉਣ ਦਾ ਉਦੋਂ ਮਹਿਣਾ ਬਣੂਗਾ, ਉਦੋਂ ਮਹਿਣੇ ਰੱਖਦਾ ਅਧਿਆਪਕ ਦਿਵਸ, ਜਦੋਂ ਇਹ ਯੋਗਤਾ ਪ੍ਰਾਪਤ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਰੈਗੂਲਰ ਆਧਾਰ 'ਤੇ ਪੂਰੀ ਮਾਣਯੋਗ ਤਨਖਾਹ ਅਤੇ ਸਨਮਾਨਯੋਗ ਤਨਖਾਹ ਦੇ ਕੇ ਭਰਤੀ ਕੀਤਾ ਜਾਂਦਾ, ਉਦੋਂ ਇਹਨਾਂ ਅਧਿਆਪਕਾਂ ਵਾਸਤੇ ਅਧਿਆਪਕ ਦਿਵਸ ਦੇ ਮਹਿਣੇ ਹੋਣਗੇ। ਤਾਂ ਕਰਕੇ ਅੱਜ ਜਦੋਂ ਪੰਜਾਬ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ, ਅਧਿਆਪਕ ਦੀ ਅਸਲੀ ਹਾਲਤ ਕੀ ਹੈ ਉਹ ਸਾਡੇ ਲਿਖੇ ਨਾਅਰੇ ਤੁਹਾਨੂੰ ਦੱਸਦੇ ਆ ਕਿ ਜਿਹੜੇ ਅਧਿਆਪਕ ਲੱਗ ਵੀ ਚੁੱਕੇ ਆ, ਮਹਿਜ 9-9 ਹਜ਼ਾਰ ਅਤੇ ਪਿੰਡ ਦੇ ਆਪਣੇ ਘਰ ਤੋਂ 300-300 ਕਿਲੋਮੀਟਰ ਦੀ ਦੂਰੀ 'ਤੇ ਬੈਠ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਦੇ ਰਹੇ ਆ ਸਕੂਲਾਂ ਦੇ ਵਿੱਚ, ਉਹਨਾਂ 'ਤੇ ਕੰਮ ਦਾ ਬੋਝ ਲੱਦਿਆ ਜਾ ਰਿਹਾ, ਉਹਨਾਂ ਤੋਂ ਮਾਈਨਿੰਗ ਦੀ ਰਖਵਾਲੀ ਕਰਵਾਈ ਜਾ ਰਹੀ ਹੈ, ਉਹਨਾਂ ਤੋਂ ਸ਼ਰਾਬ ਦੀ ਰਖਵਾਲੀ ਕਰਵਾਈ ਜਾ ਰਹੀ ਹੈ, ਠੇਕਿਆਂ ਦੀ ਰਖਵਾਲੀ ਕਰਵਾਈ ਜਾ ਰਹੀ ਹੈ, ਜਦਕਿ ਇਹਨਾਂ ਸਾਰੇ ਧੰਦਿਆਂ ਦੇ ਵਿੱਚ, ਇਹ ਸਮਗਲਿੰਗ ਦੇ ਧੰਦੇ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਗ੍ਰਸਤ ਹੈ। ਇਹਨਾਂ ਦੇ ਮੰਤਰੀ ਪੰਜਾਬ ਸਰਕਾਰ ਦੇ ਪੂਰੀ ਤਰ੍ਹਾਂ ਇਸ ਦੇ ਵਿੱਚ ਸ਼ਾਮਲ ਹੈ, ਭਾਵੇਂ ਉਹ ਸ਼ਰਾਬ ਦਾ ਮਸਲਾ ਹੋਵੇ, ਭਾਵੇਂ ਮਾਈਨਿੰਗ ਦਾ ਮਸਲਾ ਹੋਵੇ, ਪਰੰਤੂ ਇਹਨਾਂ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ, ਖੱਜਲ ਖੁਆਰ ਕੀਤਾ ਜਾ ਰਿਹਾ ਮਾਮੂਲੀ ਤਨਖਾਹ 'ਤੇ। ਜਿਹੜੇ ਸਾਡੇ ਅਧਿਆਪਕ ਸਾਥੀ ਲੱਗੇ ਵੀ ਹੋਏ ਨੇ ਸਕੂਲਾਂ ਦੇ ਵਿੱਚ, ਉਹਨਾਂ ਤੋਂ ਗੈਰ ਵਿੱਦਿਅਕ ਕੰਮ ਲੈ ਕੇ ਉਹਨਾਂ ਨੂੰ ਜਲੀਲ ਪਰੇਸ਼ਾਨ ਕੀਤਾ ਜਾ ਰਿਹਾ। ਤਾਂ ਕਰਕੇ ਅੱਜ ਪੰਜਾਬ ਦੇ ਟੈਟ ਪਾਸ ਅਧਿਆਪਕ, ਜਿਨ੍ਹਾਂ ਕੋਲ ਸਾਰੀਆਂ ਯੋਗਤਾਵਾਂ ਨੇ, ਅਧਿਆਪਕ ਪ੍ਰੀਖਿਆ ਪਾਸ ਕੀਤੀ ਹੋਈ ਹੈ, ਸਕੂਲਾਂ ਦੇ ਵਿੱਚ ਅਧਿਆਪਕ ਲੱਗਣ ਦੇ ਯੋਗ ਹੈ, 2.5 ਸਾਲ ਦਾ 3 ਸਾਲ ਦਾ ਸਮਾਂ ਪੰਜਾਬ ਸਰਕਾਰ ਦਾ ਲੰਘ ਚੁੱਕਿਆ, ਇਸ ਦੇ ਦੌਰਾਨ ਇਹਨਾਂ ਅਧਿਆਪਕਾਂ ਨੂੰ ਭਰਤੀ ਨਹੀਂ ਕੀਤਾ ਗਿਆ, ਰੁਜ਼ਗਾਰ ਨਹੀਂ ਦਿੱਤਾ ਗਿਆ। ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦਾ ਕੀਤਾ ਸੀ ਕਿ 2500-2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ, ਉਹ ਭੱਤਾ ਅਜੇ ਤੱਕ ਇਹਨਾਂ ਕਿਸੇ ਅਧਿਆਪਕਾਂ ਦੇ ਹਿੱਸੇ ਨਹੀਂ ਆਇਆ, ਸਗੋਂ ਮਜ਼ਾਕ ਕੀਤਾ ਜਾਂਦਾ ਕਿ ਤੁਹਾਨੂੰ ਈ ਰਿਕਸ਼ਾ ਦੇਣ ਵਾਸਤੇ ਲੋਨ ਦਿੱਤਾ ਜਾਊਗਾ। ਵੱਖ ਵੱਖ ਤਰ੍ਹਾਂ ਦੇ ਭੱਦੇ ਮਜ਼ਾਕ ਇਹਨਾਂ ਅਧਿਆਪਕਾਂ ਦੇ ਨਾਲ, ਇਹਨਾਂ ਲੜਕੀਆਂ ਦੇ ਨਾਲ ਕੀਤੇ ਜਾ ਰਹੇ ਹੈ, ਇਸ ਰੋਸ ਵਜੋਂ ਕਿ ਅਧਿਆਪਕ ਦੀ ਅੱਜ ਅਸਲੀ ਹਾਲਤ ਇਹਨਾਂ ਸਰਕਾਰਾਂ ਨੇ ਕੀ ਬਣਾਈ ਹੈ, ਇਹਨੂੰ ਦੱਸਣ ਵਾਸਤੇ ਅੱਜ ਸੰਗਰੂਰ ਦੇ ਵਿੱਚ ਅਸੀਂ ਟੈਟ ਪਾਸ ਅਧਿਆਪਕ ਜਥੇਬੰਦੀ ਵੱਲੋਂ ਆਪਣਾ ਰੋਸ ਜ਼ਾਹਰ ਕਰ ਰਹੇ ਹਾਂ ਸਰਕਾਰ ਦੇ ਖਿਲਾਫ਼ ਕਿ ਇਹਨਾਂ ਅਧਿਆਪਕਾਂ ਦੀਆਂ ਘੱਟੋ ਘੱਟ 15,000 ਅਸਾਮੀਆਂ ਉਮਰ ਹੱਦ ਦੇ ਵਿੱਚ ਛੋੜ ਦੇ ਕੇ, ਕਿਉਂਕਿ ਲੰਬਾ ਸਮਾਂ ਸਰਕਾਰ ਬਣੀ ਨੂੰ ਹੋ ਗਿਆ,
ਉਦੋਂ ਤੋਂ ਭਰਤੀ ਨਹੀਂ ਹੋਈ ਅਨੇਕਾਂ ਬੇਰੁਜ਼ਗਾਰ ਓਵਰੇਜ ਹੋ ਚੁੱਕੇ ਨੇ। रेल गड्डियां विच यात्रा करन वाले यात्रियों नूं बेड सीट अते कंबल नहीं दिते जाणगे, इह स्पष्ट कीता है रेलवे बोर्ड दे चेयरमैन वीके यादव ने। पत्रकारां नाल जानकारी सांझी करदिआं श्री यादव ने कहा कि कोरोना दी लाग दे फैलन तों बाद मार्च दे विच रेलवे विभाग ने रेल गड्डियां दी एसी कोचां विच लगे पर्दे हटा दिते गए सन अते उस तों बाद यात्रियों नूं दित्ता जाण वाला बेड रोल भी हटा दिता गया है। यह प्रबंध कोरोना की लाग नूं रोकण लई कीता गया सी। वीके यादव ने कहा कि रेल यात्रा के दौरान सफाई बनाई रखने लई रेलवे यतन कर रही है, इसलिए इस तरह के फैसले लए जा रहे ने। उन्होंने मीडिया रिपोर्टा नूं भी खारिज कर दिता कि रेलवे लगभग 500 रेल गड्डियां का संचालन रोक सकता है। उन्होंने स्पष्ट तौर पर कहा कि किसी भी रेल गड्डी के काम नूं रोकण का कोई फैसला नहीं लिया गया है ते ना ही कोई स्टेशन बंद किया जाएगा। उन्होंने कहा कि असि जीरो बेस्ड टाइम टेबल तैयार कर रहे हैं अते इस विच IIT मुंबई की मदद ले रहे हैं। यादव ने कहा यह भी संभव है कि कुछ नवी रेल गड्डिया शुरू कीतियां जान या मौजूदा रेल गड्डिया का नाम बदलिया जा सकता है। चेयरमैन ने यह भी स्पष्ट किया कि जीरो बेस्ड टाइम टेबल लियाउण दा उद्देश रेल यात्रा नूं जिन्ना संभव हो सके सहूलत देना अते यात्रियों नूं भीड़ तों मुक्त करना है।